ਤਨ ਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਹਿੰਦ ਦੀ ਚਾਦਰ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਖਾਸ ਕੈਲੰਡਰ ਬਣਾਇਆ ਹਰਪ੍ਰੀਤ ਸੰਧੂ ਐਡਵੋਕੇਟ ਸਾਹਿਬ ਨੇ ਤੇ ਅੱਜ ਇੱਕ ਖਾਸ ਸਮਾਗਮ ਦੇ ਵਿੱਚ ਉਹਨੂੰ ਰਿਲੀਜ਼ ਕੀਤਾ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਜੀ ਨੇ ਜਿਨ੍ਹਾਂ ਦੇ ਨਾਲ ਸਨ ਸੁਜੀਤ ਪਾਤਰ ਜੀ ਤੇ ਹੋਰ ਬਹੁਤ ਸਾਰੇ ਸ਼ਹਿਰ ਦੇ ਤੇ ਪੰਜਾਬ ਦੇ ਪਤਵੰਤੇ ਸੱਜਣ ਆਓ ਦੇਖਦੇ ਹਾਂ ਇੱਕ ਖਾਸ ਰਿਪੋਰਟ ਇਸ ਸੰਬੰਧ ਦੇ ਵਿੱਚ ਲਿਆਓ ਭਾਜੀ ਲਿਆਓ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਾਵਨ ਯਾਤਰਾ ਦਾ ਮੈਂ ਸਭ ਤੋਂ ਪਹਿਲਾਂ ਰਿਣੀ ਹਾਂ। ਬਹੁਤ ਹੀ ਸਤਿਕਾਰਯੋਗ ਡਾਕਟਰ ਸੁਰਜੀਤ ਪਾਤਰ ਜੀ ਦਾ, ਜਿਨ੍ਹਾਂ ਨੇ ਇਸ ਨੋਬਲ ਟਾਸਕ ਦੇ ਵਿੱਚ ਇਹ ਜਿਹੜਾ ਟਾਈਟਲ ਹੈ ਇਸ ਕੈਲੰਡਰ ਨੂੰ, ਜਿਹੜੀ ਡਾਕੂਮੈਂਟਰੀ ਹੈਗੀ ਹੈ, ਉਹ ਤਖ਼ਤ ਕੇਸਗੜ੍ਹ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪਰਸੋਂ 11:30 ਵਜੇ ਉੱਥੇ ਰਿਲੀਜ਼ ਹੋਣੀ ਹੈ। ਔਰ ਇਹ ਜਿਹੜਾ ਸਾਰਾ ਕਾਰਜ ਹੈ ਇਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400ਵੇਂ ਸਾਲ ਨੂੰ ਸਮਰਪਿਤ ਹੈ। ਔਰ ਇਸ ਸਮੁੱਚੀ ਮਨੁੱਖਤਾ ਉਹਨਾਂ ਨੇ ਬਹੁਤ ਦਿਨ ਦੁਗਣਾ ਰਾਤ ਦੁਗਣੀ ਇਸ ਕਾਰਜ ਲਿਵਿਤ ਕੀਤਾ। ਔਰ ਅੱਜ ਵੀ ਇਹ ਜਿਹੜਾ ਕਾਰਜ ਹੈ ਸੇਵਾ ਸੰਕਲਪ ਸੁਸਾਇਟੀ ਦਾ ਇੱਕ ਪ੍ਰੋਜੈਕਟ ਹੈਗਾ ਆ, ਜਿਸ ਨੂੰ ਮੈਂ ਅਧੂਰਾ ਸਮਝੂੰਗਾ। ਵੀ ਸਾਡੇ ਮਾਨਯੋਗ ਸੈਸ਼ਨ ਜੱਜ ਬੀ ਐਸ ਸੰਧੂ ਸਾਹਿਬ ਔਰ ਹਰ ਵਰੇ ਜਿਹੜੇ ਸਾਨੂੰ ਹਰ ਸਮੇਂ ਗਾਈਡ ਕਰਦੇ ਨੇ, ਇਕੱਤਰ ਕਰਦੇ ਆ ਇਸ ਦਿਨ ਤੇ, ਜਿਹੜਾ ਸਾਡੇ ਸਾਰਿਆਂ ਲਈ ਇੱਕ ਬੜੀ ਸ਼ੁਭਤਾ ਦਾ ਔਰ ਇੱਕ ਦੂਰ ਤੱਕ ਦੇਖਣ ਦਾ ਪਲ ਹੁੰਦਾ। ਸੋ ਗੁਰੂ ਨਾਨਕ ਸਾਹਿਬ ਦਾ ਕਥਨ ਹੈ ਕਿ ਰੀਤ ਤੇ ਪ੍ਰੀਤ ਬਾਰੇ ਉਹ ਕਹਿੰਦੇ ਆ ਕਿ ਜਾਲੋ ਐਸੀ ਰੀਤ ਜਿੱਤ ਮੈਂ ਪਿਆਰਾ ਵਿਸਰੈ, ਕਿ ਉਸ ਰੀਤ ਨੂੰ ਤੂੰ ਜਲਾ ਦੇ ਜਿਹੜੀ ਤੈਨੂੰ ਤੇਰੇ ਪਿਆਰੇ ਕੋਲੋਂ ਦੂਰ ਲੈ ਕੇ ਜਾਂਦੀ, ਪਰ ਉਸ ਰੀਤ ਨੂੰ ਜਿਹੜੀ ਤੈਨੂੰ ਪਿਆਰੇ ਦੇ ਕੋਲ ਲੈ ਕੇ ਆਵੇ ਉਸ ਰੀਤ ਨੂੰ ਜ਼ਰੂਰ ਨਿਭਾਉਣਾ ਚਾਹੀਦਾ। ਗੁਰੂ ਮਹਾਰਾਜ ਤੁਹਾਡੇ ਸਾਰਿਆਂ 'ਤੇ ਇਸ ਤਰ੍ਹਾਂ ਹੀ ਕਿਰਪਾ ਬਣਾਈ ਰੱਖਣ। ਸ਼੍ਰੀ ਹਰਪ੍ਰੀਤ ਸੰਧੂ ਸਾਹਿਬ ਨਾ ਸਿਰਫ ਇੱਕ ਚੰਗੇ ਵਕੀਲ ਨੇ ਬਟ ਇੱਡੇ ਨੇਕ ਇਨਸਾਨ ਨੇ, ਕਿਸੇ ਨਾ ਕਿਸੇ ਚੰਗੇ ਕਾਰਜ ਆਪਣਾ ਜਿਹੜੀ ਐਨਰਜੀ ਹੈ ਔਰ ਸਮਾਂ ਹੈ ਉਹਨੂੰ ਲਗਾਤਾਰ ਲਗਾਉਂਦੇ ਹੈ। ਇਹਨਾਂ 'ਤੇ ਕੋਈ ਅਪਾਰ ਬਖਸ਼ਿਸ਼ ਹੈਗੀ ਹੈ, ਜਿਹੜੀ ਇਹ ਸ਼ਕਤੀ ਇਹਨਾਂ ਨੂੰ ਇੰਨੀ ਐਨਰਜੀ ਦਿੰਦੀ ਹੈ। ਮੈਂ ਪਿਛਲੇ ਜੂਨ ਤੋਂ ਦੇਖ ਰਿਹਾ ਕਿ ਜਿਸ ਵੇਲੇ ਕੋਵਿਡ ਦਾ ਸਮਾਂ ਸੀ, ਆਮ ਲੋਕ ਬਾਹਰ ਨਿਕਲਣੋਂ ਗੁਰੇਜ਼ ਕਰਦੇ ਸਨ ਇਹਨਾਂ। ਵਾਹਿਗੁਰੂ ਜੀ ਦੀ ਫਤਿਹ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀ ਵਧਾਈ ਦਿੰਦਾ। ਪਰਮਾਤਮਾ ਕਰੇ ਕਿ ਤੁਹਾਨੂੰ ਇਹ ਸਾਲ ਸਿਹਤ ਭਰਪੂਰ ਔਰ ਖੁਸ਼ੀਆਂ ਵਾਲਾ ਹੋਵੇ ਔਰ ਕਮ ਅਜ਼ ਕਮ 2020 ਦੀ ਜਿਹੜੀ ਹੈ ਸਾਡੇ 'ਤੇ ਆਫਤ ਆਈ ਹੈ ਉਸ ਨੂੰ ਖਤਮ ਕਰੇ। ਬੋਲੇ ਸੋ ਨਿਹਾਲ, ਜਿੱਥੇ ਕਿ ਅਸੀਂ ਸਾਡੀ ਅੱਜ ਦੀ ਆਵਾਜ਼ ਸੁਣੀ ਚਾਹੀਦੀ ਹੈ। ਮੈਂ ਬੇਨਤੀ ਕਰੂੰਗਾ ਆਪਣੇ ਫਾਦਰ ਨੂੰ ਸਰ ਤਰਲੋਚਨ ਸਿੰਘ ਸੰਧੂ ਜੀ ਨੂੰ ਆਉਣ ਅਤੇ ਮਾਣਯੋਗ ਡੀਸੀ ਸਾਹਿਬ ਨੂੰ ਜੀ ਆਇਆਂ ਕਹਿਣ। ਸਮਝ
बोले सो निहाल। मैं बेनती करूंगा सर महेंद्रजीत सिंह एडवोकेट पहला भी समाज सेवा के लिए तत्पर रहते हैं। कोविड के दौरान भी उन्होंने बहुत अच्छा काम किया। उस लड़ी के अज एक उन्होंने नवा बीस पत्र स्थापित किया। नौवीं पातशाही श्री गुरु तेग बहादुर जी के जीवन में समर्पित एक 9.5 मिनट की इन्होंने डॉक्यूमेंट्री तैयार की है, जिनको पंजाब सरकार आने वाले दिनों रिकॉग्नाइज करने वाली है। अज उस एक प्रीकर्सर जिस तरह होंगे उसके संबंध से इन्होंने अज एक कैलेंडर जारी किया जो कि नौवीं पातशाही समर्पित हैगा। बहुत ही सुंदर कैलेंडर है और अज के युग के उन्होंने जी शहादत हैगी है श्री गुरु तेग बहादुर जी की 900 साल उन्होंने वरा भी है। एडवोकेट हरप्रीत संधु नू मालिक ने बहुत सारिया काबिलियत बख्शिया ने, जिथे एक अच्छे एडवोकेट ने समाज सेवक ने, उत्थे एक बहुत अच्छे एक फोटोग्राफर भी ने। इन्हों की जी कलैक्शन हैगी है फोटोग्राफ्स, इन्होंने समय समय से जोड़े पाकिस्तान ने गुरु साहब न जुड़े हुए अपने साथियों मिलकर फोटोग्राफ अच्छे काम लिए इन्हों को बहुत बधाई पेश कर दाँ। तो अगर इन्होंने चढ़ती कला की अरदास कर दाँ। सो इस खास कवरेज के लिए बहुत बहुत धन्यवाद एडवोकेट रजनीश लखनपाल जी का, साढ़े छोटे भाई। तो सारे को यही बेनती करूँगा कि इस खास समागम को जड़ा है तुम होर तक जरूर पहुँचाओ, फॉरवर्ड जरूर करो। तो जिन्होंने चैनल में हजे तक साढ़े सबसक्राइब नहीं किया तो जरूर करो, ताकि आने वाले टाइम के असं तुम होर बढ़िया ही अपडेट्स दिखा सकी। फिर मिलते हैं अज लई इना ही पूजा के नाल। सुखविंदर सिंह, वॉइस ऑफ एशियंस, लुधियाना।